वेलकम बैक टू आवर चैनल हर्ष एंड कमल। सत श्री अकाल सारिआं नूं। सो अज असीं मिलाण जा रहे हां तुहानूं उह शख्सीयत नूं जिहड़े सवेर दा जूम क्लब जूम मीटिंग है जिहड़ी ऑर्गेनाइज़ करदे ने, सारा कुछ चलाउंदे ने गे, पर उहनां दा जिहड़ा वर्कआउट है हो नहीं पाउंदा हैगा उस टाइम, क्योंकि सारी जिम्मेवारी उहनां दे सिर ते हुंदी आ। पर उह फिर भी अपने शड्यूल दे विच सवेरे टाइम कढ के उरे आउंदे ने, इन्ने सोहणे वातावरण दे विच एक्सरसाइज़ करदे ने ते इक घंटा लगाउंदे ने। तो मैं हूँ थानू मिला जा रही हाँ, चलो आप मिलते हैं। सत श्रीकाल सर। सत श्रीकाल जी। सत श्रीकाल मैम। हाँ जी सर, ਤੁਸੀਂ ਉਰੇ ਵਰਕਆਊਟ ਕਰਨ ਆਉਂਦੇ ਹੋ ਜੀ, ਕਿਉਂ ਤੁਸੀਂ ਘਰੇ ਮਤਲਬ ਕੀ ਕਿਉਂ ਨਹੀਂ ਹੁੰਦਾ? ਸਵੇਰੇ ਸਾਡੀ ਰਿਸਪੋਂਸੀਬਿਲਟੀ ਹੁੰਦੀ ਆ, ਸਾਡਾ ਮਿਸ਼ਨ ਹੈਗਾ ਚੇਂਜਿੰਗ ਪੀਪਲ ਲਾਈਫ। ਹਾਂਜੀ, ਕਿਉਂਕਿ ਸਾਡੀ ਜ਼ਿੰਮੇਵਾਰੀ ਹੁੰਦੀ ਆ ਜਿਹੜੇ ਸਾਡੇ ਨਾਲ ਪਰਸਨ ਜੁੜੇ ਹੋਏ ਨੇ ਉਹਨਾਂ ਦਾ ਵਰਕਆਊਟ ਕਰਾਉਣਾ ਬਹੁਤ ਜ਼ਰੂਰੀ ਹੁੰਦਾ। ਹਾਂਜੀ, ਕਿਉਂਕਿ ਅਸੀਂ ਤਾਂ ਟਾਈਮ ਕੱਢ ਲੈਂਦੇ ਹਾਂ, ਸਾਨੂੰ ਨੌਲੇਜ ਹੈਗੀ ਆ। ਹਾਂਜੀ, ਉਹਨਾਂ ਕੋਲ ਟਾਈਮ ਨਿਕਲਦਾ ਨਹੀਂ, ਇਸ ਕਰਕੇ ਅਸੀਂ ਆਪਣਾ ਵਰਕਆਊਟ ਜੂਮ ਕਲੱਬ ਤੋਂ ਬਾਅਦ ਕਰਦੇ ਹਾਂ। ਇਸ ਜਗ੍ਹਾ 'ਤੇ ਆ ਕੇ ਦੋਨੇ ਹਸਬੈਂਡ ਵਾਈਫ ਅਤੇ ਅਸੀਂ ਬਹੁਤ ਸੋਹਣਾ ਇੱਕ ਘੰਟਾ ਲਾਉਂਦੇ ਹਾਂ, ਵਰਕਆਊਟ ਕਰਦੇ ਹਾਂ, ਰਨਿੰਗ ਕਰਦੇ ਹਾਂ, ਕੰਪੀਟੀਸ਼ਨ ਦੇ ਵਿੱਚ ਰੇਸਾਂ ਵੀ ਲਾਉਂਦੇ ਹਾਂ ਅਤੇ ਚਿੜੀ ਬੱਲਾ ਵੀ ਖੇਡਦੇ ਹਾਂ। ਅੱਛਾ ਜੀ, ਸਾਰਾ ਤੁਸੀਂ ਆਪਣੇ ਨਾਲ ਲੈ ਕੇ ਆਉਂਦੇ ਹੋ? ਬਿਲਕੁਲ, ਸਾਰਾ ਪਾਣੀ ਵੀ ਨਾਲ ਆ ਸਾਡਾ। ਅੱਛਾ ਜੀ, ਸਰੀਰ ਹਾਈਡਰੇਸ਼ਨ ਵੀ ਮੰਗਦਾ। ਹਾਂਜੀ, ਅਤੇ ਪਸੀਨਾ ਵੀ ਆਉਂਦਾ, ਇੰਜੋਏ ਵੀ ਕਰਦੇ ਹਾਂ, ਹੱਸਦੇ ਖੇਡਦੇ ਵੀ ਹਾਂ, ਆਨੰਦ ਵੀ ਲੈਂਦੇ ਹਾਂ। ਕਿਆ ਬਾਤ ਹੈ, ਮਤਲਬ ਕਿ ਤੁਹਾਨੂੰ ਐਂ ਲੱਗਦਾ ਵੀ ਸਾਨੂੰ ਇਕੱਲੇ ਆਉਣਾ ਚਾਹੀਦਾ ਜਾਂ ਇਕੱਲੇ ਆਉਣ ਨਾਲ ਜ਼ਿਆਦਾ ਮਜ਼ਾ ਆਊਗਾ? ਜਦੋਂ ਆਪਣਾ ਮੇਰੀ ਲਾਈਫ ਪਾਰਟਨਰ ਮੇਰੇ ਨਾਲ ਰਹਿੰਦਾ ਤਾਂ ਜ਼ਿਆਦਾ ਆਨੰਦ ਆਉਂਦਾ। ਹਾਂਜੀ, ਤੇ ਬਾਕੀ ਬੇਟੀ ਸਾਡੀ ਨਾਲ ਹੁੰਦੀ ਆ ਤੇ ਉਹ ਸਾਡਾ ਸਾਨੂੰ ਦੇਖਦੀ ਆ, ਸਾਨੂੰ ਮੋਟੀਵੇਸ਼ਨ ਕਰਦੀ ਆ। ਹਾਂਜੀ, ਤੇ ਇਸ ਤਰੀਕੇ ਨਾਲ ਆਪਣੇ ਪਰਿਵਾਰ ਨਾਲ ਜ਼ਿਆਦਾ ਵਧੀਆ ਲੱਗਦਾ। ਸਹੀ ਗੱਲ ਹੈ, ਪਰਿਵਾਰ ਬਿਨਾਂ ਕੁਝ ਨਹੀਂ ਹੈਗਾ। ਬਿਲਕੁਲ, ਇਹਦੇ ਨਾਲ ਹੀ ਸਭ ਨਾਲ ਵੱਧ ਜ਼ਿੰਦਗੀ ਦਾ ਆਨੰਦ ਮਾਣਿਆ ਜਾ ਸਕਦਾ। ਬਿਲਕੁਲ ਬਿਲਕੁਲ। ਹਾਂਜੀ ਮੈਮ, ਤੁਸੀਂ ਕੀ ਕਹਿਣਾ ਚਾਹੋਗੇ? ਉਰੇ ਆਉਂਦੇ ਹੋ, ਅਸੀਂ ਇੱਥੇ ਇਹੀ ਕਹਿਣਾ ਚਾਹਾਂਗੇ ਕਿ ਬਹੁਤ ਵਧੀਆ ਲੱਗਦਾ ਹੈ ਜਦੋਂ ਇੱਕ ਲਾਈਫ ਪਾਰਟਨਰ ਆਪਣਾ ਸਾਥ ਦੇਵੇ, ਤਾਂ ਬਹੁਤ ਵਧੀਆ ਲੱਗਦਾ ਹੈ। ਤਾਂ ਪਤਾ ਲੱਗਦਾ ਕਿ ਯੈਸ, ਕਿ ਨਿਊਟ੍ਰੀਸ਼ਨ ਜਿਹੜਾ ਹੈਗਾ ਨਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਔਰ ਕਿੰਨਾ ਉਸਨੇ ਆਪਣੀ ਬੋਡੀ 'ਤੇ ਵਰਕ ਕੀਤਾ ਹੈ। ਔਰ ਡੇ ਇੱਕ ਦਿਨ ਦੀ ਗੱਲ ਨਹੀਂ ਹੈਗੀ, ਡੇਲੀ ਹੀ ਸਾਨੂੰ ਨਿਊਟ੍ਰੀਸ਼ਨ ਚਾਹੀਦਾ, ਡੇਲੀ ਬੇਸਿਸ 'ਤੇ। ਹਾਂਜੀ, ਵਰਕਆਊਟ ਵੀ ਬਹੁਤ ਜ਼ਰੂਰੀ ਹੈ, ਅਸੀਂ ਕਹਿੰਦੇ ਨਹੀਂ, ਅਸੀਂ ਕਰਦੇ ਵੀ ਹਾਂ। ਕਿਆ ਬਾਤ ਹੈ, ਅਸੀਂ ਕਰਦੇ ਵੀ ਹਾਂ, ਕਿਉਂਕਿ 20% ਆਫ ਪਾਰਟ ਵਰਕਆਊਟ ਦਾ ਹੈ, 80% ਜਿਹੜਾ ਪਾਰਟ ਹੈ ਉਹ ਨਿਊਟ੍ਰੀਸ਼ਨ ਦਾ ਹੈ, 100% ਜਿਹੜਾ ਹੈਗਾ ਪਾਰਟ ਉਹ ਐਜੂਕੇਸ਼ਨ ਦਾ ਹੈ। ਤਾਂ ਇਹਨਾਂ ਦਾ ਸਾਰਿਆਂ ਦਾ ਸੁਮੇਲ ਮਿਲਾ ਕੇ ਹੀ ਵਧੀਆ ਤੁਸੀਂ ਆਪਣੇ ਫਿਟਨੈਸ ਤੁਸੀਂ ਮਤਲਬ ਤੁਸੀਂ ਪੂਰੀ ਐਜੂਕੇਸ਼ਨ ਨੂੰ ਆਪਣੇ ਉੱਤੇ ਅਪਲਾਈ ਕਰਦੇ ਹੋ? ਬਿਲਕੁਲ ਕਰਦੇ ਹਾਂ ਜੀ, ਬਿਲਕੁਲ ਬਿਲਕੁਲ। ਹਾਂਜੀ, ਕਿਉਂਕਿ ਤੁਹਾਨੂੰ ਹੀ ਦੇਖ ਕੇ ਜਿਹੜੇ ਤੁਹਾਡੇ ਮੈਂਬਰ ਨੇ ਉਹ ਵੀ ਸਿੱਖਣਗੇ। ਬਿਲਕੁਲ ਬਿਲਕੁਲ, ਉਹ ਸਾਡੀ ਫੈਮਿਲੀ ਨੇ ਜੀ। ਹਾਂਜੀ, ਸਾਡੀ ਫੈਮਿਲੀ ਦਾ ਪਾਰਟ, ਸਾਡਾ ਇਹੀ ਮਿਸ਼ਨ ਆ ਉਹਨਾਂ ਦੀ ਸਿਹਤ ਦੇ ਵਿੱਚ ਬਦਲਾਅ ਲੈ ਕੇ ਆਉਣਾ। ਠੀਕ ਹੈ, ਵੈਰੀ ਗੁੱਡ, ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ। ਹੁਣ ਅਸੀਂ ਇਹਨਾਂ ਦੀ ਰੇਸ ਸਟਾਰਟ ਕਰਵਾਉਣ ਜਾ ਰਹੇ ਹਾਂ, ਮਾਸਟਰ ਜਸਪਾਲ ਸਿੰਘ ਤੇ ਮੈਮ ਦਵਿੰਦਰਪਾਲ ਕੌਰ ਦੀ, ਦੇਖਦੇ ਆ ਕੌਣ ਜਿੱਤਦਾਗਾ। ਸੋ 3-2-1 ਗੋ। ਮਾਸਟਰ ਜਸਪਾਲ ਸਿੰਘ ਜੀ, ਵੈਰੀ ਗੁੱਡ। ਚੀਟਿੰਗ ਚੀਟਿੰਗ ਹੋ ਰਹੀ ਹੈ, ਇਹ ਚੀਟਿੰਗ। ਫਿਰ ਵੀ ਮਾਸਟਰ ਜਸਪਾਲ ਸਿੰਘ ਜੀ ਨੇ ਜਿਹੜੀ ਬਾਜੀ ਹੈ ਜਿਹੜੀ ਮਾਰ ਲਈ ਆ, ਇਹ ਜਿੱਤ ਚੁੱਕੇ ਨੇ ਅਤੇ ਮੈਮ ਆਏ ਨੇ ਸੈਕਿੰਡ। ਹਾਊ ਆਰ ਯੂ ਫੀਲਿੰਗ? ਹਾਊ ਆਰ ਯੂ ਫੀਲਿੰਗ? ਫੀਲਿੰਗ ਗੁੱਡ ਗੁੱਡ। ਆਰ ਯੂ ਹੈਪੀ ਨਾਓ? ਯੈਸ। Why are you happy? Bad, bad. ਜਿਹੜੀ ਮੈਂ ਗੱਲ ਹੋਰ ਕਹਿਣਾ ਚਾਹੁੰਦੀ ਹਾਂ, ਅੱਜ ਤੁਹਾਡੀ ਰੇਸ ਕਰਾਈ ਸੀਗੀ ਮਾਸਟਰ ਜਸਪਾਲ ਸਿੰਘ ਜੀ ਅਤੇ ਮੈਮ ਦਵਿੰਦਰਪਾਲ ਕੌਰ ਦੀ, ਅਤੇ ਉਹਨਾਂ ਦੇ ਵਿਨਰ ਕੌਣ ਨੇ ਜੀ ਇਹ ਮੈਂ ਅਨਾਊਂਸ ਕਰੂੰਗੀ। ਉਹਨਾਂ ਦੇ ਵਿਨਰ ਹੈਗੇ ਨੇ ਮਾਸਟਰ ਜਸਪਾਲ ਸਿੰਘ ਜੀ, ਇਹ ਜਿੱਤੇ ਨੇਗੇ, ਅਤੇ ਮੈਮ ਆਏ ਨੇ ਸੈਕਿੰਡ। ਆਪਾਂ ਐਂ ਨਹੀਂ ਕਹਿ ਸਕਦੇ ਵੀ ਉਹ ਹਾਰੇ ਨੇ, ਕਿਉਂਕਿ ਦੋਨੋਂ ਹੀ ਜਿੱਤੇ ਹੋਏ ਨੇਗੇ। ਬਹੁਤ ਹੀ ਵਧੀਆ ਜਿਹੜਾ ਇਹਨਾਂ ਦਾ ਬੋਡੀ ਆ, ਪੂਰੀ ਫਲੈਕਸੀਬਲ ਆ, ਪੂਰੀ ਜਾਨ ਨਾਲ ਇਹ ਹਰ ਇੱਕ ਕੰਮ ਕਰਦੇ ਨੇ, ਜੀ ਜਾਨ ਲਾ ਕੇ ਕਰਦੇ ਨੇ। ਸੋ ਥੈਂਕ ਯੂ ਸੋ ਮੱਚ ਮੈਮ। ਥੈਂਕ ਯੂ। Thank you.
ਕਰਕੇ ਰਿਲੈਕਸ ਕਰ ਰਹੇ ਨੇ ਆਪਣੀ ਬੋਡੀ ਨੂੰ, ਇੰਜੋਏ ਕਰ ਰਹੇ ਨੇ, ਪੂਰਾ ਕੂਲਿੰਗ ਡਾਊਨ ਕਰ ਰਹੇ ਨੇ ਆਪਣਾ ਸਰੀਰ। ਇਹ ਇੰਜੋਏ ਕਰ ਰਹੇ ਨੇ ਉਹ ਲਾਈਫ ਜਿਹੜੀ ਇਹਨਾਂ ਦੀ ਬਚਪਨ ਦੀ ਲਾਈਫ ਆ। ਸੋ ਬਚਪਨ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ, ਉਹਨੂੰ ਹਰ ਟਾਈਮ ਇੰਜੋਏ ਕਰੋ। ਬਹੁਤ ਵਧੀਆ ਨਜ਼ਾਰੇ ਨੇ ਜਿਹੜੇ। ਭਰੋਸਾ ਕਿਹੜੇ ਮੋੜ ਤੇ ਮੁੱਕ ਜਾਵੇ? ਆਏ ਹਾਏ, ਜ਼ਿੰਦਗੀ ਦਾ ਕੀ ਭਰੋਸਾ ਹੈ? ਜ਼ਿੰਦਗੀ ਦਾ ਨਹੀਂ ਤਾਂ ਕਿਹੜੇ ਮੋੜ ਤੇ ਮੁੱਕ ਜਾਏ। ਕੀ ਬਾਤ ਹੈ, ਜ਼ਿੰਦਗੀ ਦਾ ਕਿਹੜੇ ਮੋੜ ਤੇ ਮੁੱਕ ਜਾਏ। ਬਾਕੀ ਦੇ ਕੰਮ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਹੈ, ਸਿਹਤ ਜ਼ਰੂਰੀ ਹੈ। ਯੈਸ। ਸੋ ਜ਼ਿੰਦਗੀ ਦਾ ਕੋਈ ਨਹੀਂ ਪਤਾ ਕਿਹੜੇ ਟਾਈਮ ਖਤਮ ਹੋ ਜਾਂਦੀ ਹੈਗੀ, ਕੁਛ ਨਹੀਂ ਪਤਾ ਲੱਗਦਾ ਆਪਾਂ ਨੂੰ। ਇੱਕ ਪਲ ਦਾ ਵੀ ਜਿਹੜਾ ਭਰੋਸਾ ਨਹੀਂ ਹੈਗਾ, ਸਾਨੂੰ ਆਪਣਾ ਜ਼ਿੰਦਗੀ ਦਾ ਹਰ ਇੱਕ ਪਲ ਨੂੰ ਇੰਜੋਏ ਕਰਨਾ ਚਾਹੀਦਾ, ਪੂਰੇ ਇੰਜੋਏਮੈਂਟ ਦੇ ਨਾਲ, ਖੁਸ਼ੀ ਦੇ ਨਾਲ, ਸਮਾਈਲਿੰਗ ਦੇ ਨਾਲ। ਤੁਸੀਂ ਮੇਰੇ ਨਾਲ ਸਾਥ ਦੇਣਾ ਗਾ, ਆਪਾਂ ਇੱਕ ਸੌਂਗ ਗਾਵਾਂਗੇ, ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ। ਸਟਾਰਟ। ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਕੱਲ ਕਿਆ ਹੋ ਕਿਸਨੇ ਜਾਣਾ। ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋ ਕਿਸਨੇ ਜਾਣਾ। ਸੋ ਥੈਂਕ ਯੂ ਵੈਰੀ ਮੱਚ ਫੋਰ ਜੁਆਇਨਿੰਗ ਅਸ। ਅੱਜ ਦਾ ਵਲੌਗ ਇੱਥੇ ਹੀ ਖਤਮ ਕਰਦੇ ਹਾਂ ਸਾਡੇ ਇੰਜੋਇਮੈਂਟ ਦੇ ਨਾਲ। ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚੋਂ ਟਾਈਮ ਕੱਢ ਕੇ ਡੇਲੀ ਕੁਛ ਨਾ ਕੁਛ ਵਰਕਆਊਟ ਵਗੈਰਾ 1 ਘੰਟਾ, 1/2 ਘੰਟਾ, 15 ਮਿੰਟ ਕਰਿਆ ਕਰੋ। ਆਪਣੀ ਜਿਹੜੀ ਸਿਹਤ ਹੈ ਇਹਨੂੰ ਟਾਈਮ ਦਿਆ ਕਰੋ। ਸੋ ਸਾਨੂੰ ਬਹੁਤ ਵਧੀਆ ਲੱਗਿਆ, ਥੈਂਕ ਯੂ ਸੋ ਮੱਚ ਫੋਰ ਵਾਚਿੰਗ। ਸ਼ੇਅਰ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ। ਰੱਬ ਰਾਖਾ, ਧੰਨਵਾਦ।